ਆਪਣੇ ਭੈਣ ਭਾਈਆਂ ਤੋਂ ਘਰ ਵਾਲਿਆਂ ਨੂੰ ਪੁੱਛਿਆ? ਸਾਰਿਆਂ ਨੂੰ ਪਿੱਛੇ ਕਰ ਦਿੱਤਾ। ਇੱਥੇ ਪਹਿਲੇ ਵੀ ਕਦੀ ਆਇਆ ਕਿ ਪਹਿਲੇ ਦਫ਼ਾ ਆਇਆ? ਇੱਥੇ ਮੈਂ ਇੱਕ ਦਫ਼ਾ ਕਈ ਦਫ਼ਾ ਇੱਥੇ ਮੈਂ ਨਲਕੇ ਲਾ ਦਿੰਦਾ, ਮੋਟਰਾਂ ਲਾ ਕੇ ਗਏ। ਕੰਮ ਨਲਕਿਆਂ ਦਾ ਕਰਦਾ? ਹੁਣ ਨਹੀਂ ਕਰਦਾ। ਹੁਣ ਆਪਣੀ ਮਰਜ਼ੀ ਨਾਲ ਕਰ ਰਿਹਾ ਕਿ ਕੋਈ ਮਸਲਾ ਤਾਂ ਨਹੀਂ? ਹੈ ਜੀ, ਕਿਸੇ ਨੇ ਨਹੀਂ ਮੈਨੂੰ ਕਿਹਾ, ਕਿਸੇ ਦਾ ਜ਼ੋਰ ਨਹੀਂ, ਕਿਸੇ ਦਾ ਜ਼ਬਰ ਨਹੀਂ। ਬੱਚੇ ਕਿੰਨੇ? ਦੋ ਬੱਚੇ ਨੇ। ਕਲਮਾ ਬੜਾ ਹੋ ਜੀ, ਇੱਕ ਜਿਹੜਾ ਸਹੀ ਜਿਹਾ ਤਰੀਕਾ ਉਹ ਸਾਰਾ ਅੱਛਾ ਹੈ। ਪਤਾ ਕੀ ਹੈ, ਅਕਲੀਅਤ ਦੇ ਨਾ ਸਹੇਲੀ ਬੇਸ ਤੇ ਰੋਲੇ ਪੈ ਰਹੇ ਨੇ। ਠੀਕ, اللہ کے سوا کوئی عبادت کے لائق کوئی عبادت کے لائق اور حضرت محمد صلی اللہ علیہ وآلہ وسلم اللہ کے رسول ہیں اور بسم اللہ الرحمن الرحیم لا الہ الا اللہ محمد رسول اللہ پھر پڑھ بسم اللہ الرحمن الرحیم لا الہ الا اللہ محمد رسول اللہ مبارک ਸਦਕਾ ਨਬੀ ਪਾਕ ਦਾ ਮੁਹੰਮਦ ਆਲੇ ਮੁਹੰਮਦ ਦਾ ਸਦਕਾ ਸ਼ਖਸ ਨੇ ਇਸਲਾਮ ਕਬੂਲ ਕੀਤਾ ਮੌਲਾ, ਇਹਦੀਆਂ ਜੋ ਮੁਸ਼ਕਲਾਂ ਨੇ ਆਸਾਨ ਆਪਣੇ ਹਬੀਬ ਦਾ ਕਰਕੇ ਦੇ ਇਸਲਾਮ ਕਬੂਲ ਕਰਨ ਦੇ ਵਸੀਲੇ ਨਾਲ ਸਾਡੇ ਤੇ ਵੀ ਰਹਿਮਤ ਸਾਡੇ ਮੁਲਕ ਤੇ ਸਾਡੇ ਹਾਲ ਤੇ ਮਾਲ ਤੇ ਇਨਸ਼ਾਅੱਲਾ ਤੂੰ ਕਰਮ ਫਰਮਾ, ਤਮਾਮ ਮੁਸਲਮਾਨਾਂ ਦੀ ਖੈਰ ਯਾ ਅੱਲਾ, ਆਪ ਜ਼ਮੀਨੀ ਆਸਮਾਨੀ ਆਫਤਾਂ ਤੋਂ ਮਹਫੂਜ਼ ਆਮੀਨ। ਸੱਲੱਲਾ ਤਾਲਾ ਖੈਰ ਖਲਕੇ ਹੀ ਮੁਹੰਮਦ ਬਿਨ ਵਾਲੀ ਸਾਹਿਬ ਆਮੀਨ। ਆਈ ਵਾਂਟ ਟੂ ਬਾਈ ਡਾਕਟਰ ਸਾਹਿਬ ਇਨ ਲਾਈ ਇਹ ਮਠਾਈ ਗੁਜ਼ਾਰਾ ਤੋੜ ਦੇ ਛੋਟੇ ਪ੍ਰਕਾਰ ਤੋੜ ਡਬਲ ਡਬਲ ਕਰਦਾ
جب کرم ہوتا ہے حالات بدل جاتے ہیں یہ تجدد خرید لیں یہ ایمان قائم رہے یہ پتا چلتی ہے دیکھو نا جس نبی دی امت دا پہلے پیروکار ہے او دا بھی اے ساڈے دین دے وچ او دے بھی قربان جائی سبحان اللہ سبحان اللہ سبحان اللہ مسلمان انہاں دے بھی مسلماناں دا ایمان ہے سبحان اللہ اللہ دے روح نے اللہ دا بار حق نبی نے حضرت عیسیٰ علیہ السلام پاک نے ساڈا مسلماناں دا ایمان ہے کہ انہاں دنیا تے دوبارہ آیا ساڈا مسلماناں دا ایمان ہے کہ حضرت عیسیٰ علیہ السلام نے دوبارہ بھی آنا ہے السلام علیکم